ਜੀ ਇੱਥੇ ਅਸੀਂ ਸਿੰਜਿੰਟਾ ਨੇ ਸਾਨੂੰ ਇੱਥੇ ਬੁਲਾਇਆ ਸੀਗਾ, ਸਾਰੇ ਆਪਣੇ ਕਿਸਾਨ ਭਰਾ ਸਾਰੇ ਆਏ ਸੀਗੇ ਤੇ ਆਪਾਂ ਐਗਰੀਕਲਚਰ ਨੂੰ ਕਿਵੇਂ ਡਿਵੈਲਪ ਕਰ ਸਕਦੇ ਹਾਂ ਮਾਡਰਨ ਤਰੀਕੇ ਨਾਲ। ਇਸੇ ਇੱਥੇ ਆਪਾਂ ਡਰੋਨ ਤੇ ਜਿਵੇਂ ਸਪਰੇ ਕਰਦੇ ਸੀਗੇ ਪਹਿਲਾਂ ਆਪਣੇ ਪਿੰਡਾਂ 'ਚ ਜਾ ਕੇ ਆਪਾਂ ਮੂੰਹ ਨਾਲ ਮੂੰਹ ਬੰਨ ਕੇ ਤੇ ਆਪਾਂ ਸਪਰੇ ਕਰਦੇ ਸੀ, ਲੇਕਿਨ ਹੁਣ ਤਾਂ ਤੁਸੀਂ ਡਰੋਨ ਨਾਲ ਵੀ ਸਪਰੇ ਕਰ ਸਕਦੇ ਹੋ। ਤੇ ਐਗਰੀਕਲਚਰ ਨੂੰ ਆਪਾਂ ਮਾਡਰਨ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਇਹ ਸਿੰਜਿੰਟਾ ਨੇ ਸਿਖਾਏਗਾ। ਇਹ ਫ੍ਰੀ ਆਫ ਕੋਸਟ ਜਿਹੜੀ ਟ੍ਰੇਨਿੰਗ ਹੈ, ਆਪਾਂ ਤੁਸੀਂ ਇੱਥੇ ਆ ਕੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ, ਇਸ ਕਰਕੇ ਮੈਂ ਇੱਥੇ ਆਇਆ ਸੀ। ਕਿੰਨੀ ਜਦੋਂ ਪੰਜਾਬ ਦੇ ਨੌਜਵਾਨ ਜੀ ਕੇ ਬਾਜੀਓ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆਏ ਆ ਪੰਜਾਬ ਦੇ? ਵੀਰੇ ਪੰਜਾਬ ਬਹੁਤ ਸੋਹਣਾ ਹੈ, ਪੰਜਾਬ ਬਹੁਤ ਪਿਆਰਾ ਹੈ, ਤੁਸੀਂ ਪੰਜਾਬ ਛੱਡ ਕੇ ਨਾ ਜਾਓ। ਠੀਕ ਹੈ, ਆਪਣਾ ਕਰੀਅਰ ਬਣਾਉਣ ਲਈ ਹਰੇਕ ਕੋਈ ਭੱਜਦਾ ਬਾਹਰ, ਪਰ ਜੇ ਬਾਹਰ ਸਿੱਖ ਕੇ ਤੁਸੀਂ ਆਪਣਾ ਇੰਪਲੀਮੈਂਟ ਇੱਥੇ ਪੰਜਾਬ 'ਚ ਕਰੋ ਤੇ ਪੰਜਾਬ ਨੂੰ ਕਹਿੰਦੇ ਇਹ ਨਹੀਂ ਕਿ ਲਾਈਕ ਬਾਹਰ ਚਲੇ ਗਿਆ ਤਾਂ ਭਾਈ ਵਾਪਸ ਆਉਣਾ ਹੈ ਨਹੀਂ, ਤੇ ਤੁਸੀਂ ਵਾਪਸ ਜ਼ਰੂਰ ਆਓ। ਆਪਣਾ ਨਸ਼ਾ ਨਾਲ ਰੁਝਾਨ ਪੰਜਾਬ 'ਚ, ਪੰਜਾਬ 'ਚ ਤਾਂ ਦੇਖਣ ਨੂੰ ਮਿਲਦਾ, ਹਰਿਆਣੇ 'ਚ ਵੀ ਇੱਦਾਂ ਦਾ ਹੈ ਕਿ ਪੰਜਾਬ ਜ਼ਿਆਦਾ ਦੇਖੋ? ਹਰਿਆਣਾ ਜੀ ਹਜੇ ਵੀ ਦੇਸੀ ਹੈ, ਪੇਂਡੂ ਨੇ ਉੱਥੇ ਹਜੇ ਵੀ ਬਚੇ ਹੋਏ ਨੇ, ਤੇ ਉਹ ਉੱਥੇ ਉੱਥੇ ਇੰਨਾ ਹੈ ਨਹੀਂ ਹਜੇ, ਨਹੀਂ ਹੈ ਜੀ। ਔਰ ਵਿਜਿੰਦਰ ਜੀ ਕਾ ਵੀ ਇਹੀ ਮੈਸੇਜ ਹੈ ਕਿ ਜੋ ਯੁਵਾ ਹੈ ਹਮਾਰੇ ਵੋ ਕਿਸਾਨੀ ਸੇ ਜੁੜੇ, ਔਰ ਹਮਾਰੇ ਜੋ ਮੈਨੇਜਿੰਗ ਡਾਇਰੈਕਟਰ ਔਰ ਕੰਟਰੀ ਹੈਡ ਹੈ ਸਿੰਜੈਂਟਾ ਇੰਡੀਆ ਕਾ, इंडिया के, वो हरियाणा से हैं और उनका विजन है कि युवा को तकनीक से जोड़ा जाए और जो हमारा भारत का जो एग्रीकल्चर है उसे भी हम इस तरह से तकनीक से जोड़ें और ऐसा प्रोफेशन बनाएं कि ज्यादा से ज्यादा यूथ आगे आए, उस किसानी को मजबूरी के तौर पे ना अपनाए, किसानी को एज अ प्रोफेशन अपनाए, जैसे इंजीनियरिंग और डॉक्टर बनते हैं वैसे ही फार्मर बनने की ख्वाहिश हो। इसी को लेके अभी विजेंद्र जी हमारे साथ जाएंगे और वो हमें ड्रोन का डेमोन्स्ट्रेशन देंगे लाइव फील्ड में, ताकि और युवा ड्रोन पायलट बने। पहला दस्ता मैंने उड़ाना नहीं होता, मैं बस एक्टिंग करूंगा।